हेलो फ्रेंड्स आज मैं आप सबको क्लास टेन पंजाबी साहित्य किरणा का चैप्टर वन के बारे में बताने जा रही हूँ गौरी बैरागढ़ जो कि गुरु अमरदास जी ने लिखा है मनमुख गर्भ न अज्ञान याने सतगुर सेवा ना करे फिर फिर पछताने इन्हों सत्रा दो मनुखा बारे गल की गई है एक त मनमुख ਤੇ ਦੂਜਾ ਤੇ ਗੁਰਮੁਖ ਮਨਮੁਖ ਉਹ ਹੁੰਦਾ ਹੈ ਜਿਹੜਾ ਆਪਣੇ ਮਨ ਦੀ ਕਰਦਾ ਹੈ ਗੁਰੂ ਦੀ ਸੇਵਾ ਨਹੀਂ ਕਰਦਾ ਤੇ ਉਹਨਾਂ ਦੇ ਰਾਸਤੇ ਤੇ ਨਹੀਂ ਚੱਲਦਾ ਤੇ ਗੁਰਮੁਖ ਉਹ ਹੁੰਦਾ ਹੈ ਜਿਹੜਾ ਗੁਰੂ ਨੂੰ ਮੰਨਦਾ ਹੈ ਉਹਦੀ ਸੇਵਾ ਕਰਦਾ ਹੈ ਤੇ ਉਹਨਾਂ ਦੇ ਰਾਸਤੇ ਤੇ ਚੱਲਦਾ ਹੈ ਇਸ ਵਿੱਚ ਗੁਰੂ ਸਾਹਿਬ ਮਨਮੁਖ ਬਾਰੇ ਦੱਸਦੇ ਹਨ ਕਿ ਉਹ ਹਉਮੈ ਦਾ ਸ਼ਿਕਾਰ ਹੋ ਕੇ प्रभु तो दूर हो जाता है होमे का शिकार मीनस होमे मीनस हंकार गुस्सा वो गुस्से का शिकार होके प्रभु तो दूर हो जाता है तो जन्म मरण के चक्कर विच प्यार आंता है पर जेकर जीव तो प्रभु की बख्शिश हो जाए तो गुरु की प्राप्ति राही विषय विकारा तो छुटकारा प्राप्त कर लाता है तो गुरु की बख्शिश किमें होंगी है ਗੁਰੂ ਦੀ ਬਖਸ਼ਿਸ਼ ਗੁਰਮੁਖ ਤੇ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਉਸ ਤੇ ਹੁੰਦੀ ਹੈ ਜਿਹੜਾ ਗੁਰੂ ਨੂੰ ਮੰਨਦਾ ਹੈ ਉਹਦੀ ਸੇਵਾ ਕਰਦਾ ਹੈ ਅچھے ਕਰਮ ਕਰਦਾ ਹੈ ਜਨਮ ਮਰਨ ਦੇ ਚੱਕਰਾ ਵਿੱਚ ਨਹੀਂ ਪੈਂਦਾ ਤੇ ਗੁਰੂ ਸਾਹਿਬ ਦੱਸਦੇ ਨੇ ਕਿ ਜਿਹੜਾ ਮਨਮੁਖ ਹੈ ਉਹ ਹਉਮੈ ਦਾ ਸ਼ਿਕਾਰ ਹੋਣ ਕਰਕੇ ਅਗਿਆਨੀ ਹੈ ਉਸ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੈ ਔਰ ਇਸ ਤਰ੍ਹਾਂ ਦੇ ਵਿਅਕਤੀਆਂ ਦਾ ਪ੍ਰਭੂ ਨਾਲ ਕਦੇ ਵੀ ਮੇਲ ਨਹੀਂ ਹੁੰਦਾ ਤੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਪਛਤਾਉਂਦੇ ਨੇ ਗਰਬ ਜੋਨੀ ਵਾਸ ਪਾਏ ਦੇ ਗਰਬੇ ਗਲ ਜਾਣੇ ਮੇਰੇ ਕਰਤੇ ਐ ਵੇ ਪਾਵਦਾ ਮਨਮੁਖ ਪਰਮਾਣੇ ਇਸ ਵਿੱਚ ਗੁਰੂ ਅਮਰਦਾਸ ਜੀ ਦੱਸਦੇ ਨੇ ਗਰਬ ਜੋਨੀ ਦੇ ਬਾਰੇ ਗਰਬ ਜੋਨੀ ਕੀ ਹੁੰਦਾ ਤੁਸੀਂ ਕਈ ਵਾਰ ਸੁਣਿਆ ਹੋਏਗਾ 84 ਲੱਖ ਜੁਨਾ ਬਾਰੇ 84 ਲੱਖ ਜੁਨਾ ਤੋਂ ਅਸੀਂ ਪੋਖ ਕੇ ਮਨੁੱਖ ਜਨਮ ਵਿੱਚ ਆਏ ਹਾਂ ਤੇ ਜਿਹੜਾ ਮਨਮੁਖ ਹੁੰਦਾ ਹੈ ਉਹ ਇਹਨਾਂ 84 ਲੱਖ ਜੂਨਾ ਵਿੱਚ ਹੀ ਫਸਿਆ ਰਹਿੰਦਾ ਹੈ ਜਨਮ ਮਰਨ ਦੇ ਗੇੜ ਵਿੱਚ ਹੀ ਫਸਿਆ ਰਹਿੰਦਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮਨਮੁਖ बार-बार ਗਰਬ ਜੂਨ ਵਿੱਚ ਪੈ ਕੇ ਉਹ ਆਤਮਕ ਤੌਰ ਤੇ ਗਲ ਜਾਂਦੇ ਨੇ ਆਤਮਕ ਤੌਰ ਤੇ ਗਲਣਾ ਮੀਨਸ ਜਿਹੜਾ बार-बार ਜਨਮ ਲੈਣਾ ਮਰਨਾ ਜਨਮ ਲੈਣਾ ਮਰਨਾ 84 ਲੱਖ ਜੂਨਾ ਜਿਹੜਾ ਪਹੁੰਚਦਾ ਹੈ ਉਪੋਗ ਦੇ ਪੋਗ ਦੇ ਵੀ ਗਲ ਜਾਂਦੇ ਨੇ ਤੇ ਪਰਮਾਤਮਾ ਆਖਦੇ ਨੇ ਜਿਹੜੇ ਮਨੁੱਖ ਨੇ ਮੇਰੀ ਸੇਵਾ ਹੀ ਨਹੀਂ ਕੀਤੀ ਜਿਸ ਨੇ ਆਪਣੇ ਮਨ ਦੀ ਕੀਤੀ ਹੈ ਤਾਂ ਤੁਸੀਂ ਐਵੇਂ ਜਨਮ ਮਰਨ ਦੇ ਚੱਕਰ ਵਿੱਚ ਪਏ ਰਹੋ ਜੇ ਤੂੰ ਆਪਣੇ ਮਨ ਦੀ ਕਰਨੀ ਹੈ ਤਾਂ ਮੈਨੂੰ ਵੀ ਇਹੀ ਚੰਗਾ ਲੱਗਦਾ ਹੈ ਮੈਨੂੰ ਵੀ ਇਹੀ ਪਾਉਂਦਾ ਹੈ ਕਿ ਤੂੰ ਪਟਕਦਾ ਹੀ ਰਹਿ ਐਵੇਂ ਮੇਰੇ ਹਰ ਪ੍ਰਭ ਲੇਖ ਲਿਖਾਇਆ ਧੂਰ ਮस्तक ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਇਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੇਰੇ ਪ੍ਰਭੂ ਨੇ ਭਾਗਾਵਲੇ ਮਨੁੱਖ ਭਾਗਾਵਲੇ ਮਨੁੱਖ ਮੀਨਸ ਮਨੁੱਖ ਦੇ ਮੱਥੇ ਤੇ ਧੂਰ ਬਖਸ਼ਿਸ਼ ਮਿਹਰ ਦਾ ਲੇਖ ਲਿਖ ਦਿੱਤਾ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੇਰੇ ਪ੍ਰਭੂ ਨੇ ਗੁਰਮੁਖ ਦੇ ਮੱਥੇ ਤੇ ਮਿਹਰ ਦਾ ਲੇਖ ਲਿਖ ਦਿੱਤਾ ਹੈ ਉਹ ਗੁਰੂ ਦੀ ਕਿਰਪਾ ਕਾਰਨ ਹਮੇਸ਼ਾ ਪਰਮਾਤਮਾ ਦਾ ਨਾਮ ਜਪਦਾ ਹੈ ਉਹਨੂੰ ਯਾਦ ਕਰਦਾ ਹੈ ਉਹਦਾ ਨਾਮ ਸਿਮਰਦਾ ਹੈ ਤੇ ਗੁਰੂ ਸਾਹਿਬ ਉਸਨੂੰ ਹਰ ਵਿਸ਼ੇ ਵਿਤਕਰਾ ਵਿਸ਼ੇ ਵਿਤਕਰਾ ਮੀਨਸ ਹਰ ਬੁਰਾਈਆਂ ਤੋਂ ਹਰ ਦੁੱਖਾਂ ਤੋਂ ਬਚਾਉਂਦੇ ਨੇ ਤੇ ਇਸ ਨਾਲ ਗੁਰਮੁਖ ਨੂੰ ਅਨਾਦ ਗੁਰੂ ਮਿਲ ਜਾਂਦਾ ਹੈ ਮੇਰਾ ਪਿਤਾ ਮਾਤਾ ਹਰਨਾਮ ਹੈ ਹਰ ਬੰਦਪ ਬੀਰਾ ਹਰ ਹਰ ਬਖਸ਼ਿਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਇਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪਰਮਾਤਮਾ ਦਾ ਨਾਂ ਹੀ ਮੇਰਾ ਪਿਤਾ ਹੈ ਅਤੇ ਇਹ ਨਾਮ ਹੀ ਮੇਰੀ ਮਾਤਾ ਹੈ ਇਹ ਪ੍ਰਭੂ ਹੀ ਮੇਰਾ ਰਿਸ਼ਤੇਦਾਰ ਹੈ ਪ੍ਰਾਹਿਤ ਦੋਸਤ ਹੈ ਇਹ ਪ੍ਰਭੂ ਹੀ ਮੇਰੇ ਲਈ ਸਭ ਕੁਝ ਹੈ ਇਹ ਮੇਰੇ ਲਈ ਸਾਰੇ ਰਿਸ਼ਤੇਦਾਰਿਆਂ ਤੋਂ ਵੱਧ ਕੇ ਸਭ ਕੁਝ ਹੈ ਮੇਰੇ ਲਈ ਤੇ ਉਹ ਹੀ ਮੇਰੀ ਸਾਰੀ ਖੁਸ਼ੀਆਂ ਲਈ ਜ਼ਿੰਮੇਵਾਰ ਹੈ ਤੇ ਗੁਰੂ ਸਾਹਿਬ ਪ੍ਰਭੂ ਨੂੰ ਕਹਿ ਰਹੇ ਨੇ ਕਿ हे ਪ੍ਰਭੂ ਮੈਂ ਤਾਂ ਕੀੜੇ ਦੇ ਬਰਾਬਰ ਹਾਂ ਤੁਸੀਂ ਮੇਰੇ ਤੇ ਬਖਸ਼ਿਸ਼ ਕਰੋ ਮੈਨੂੰ ਆਪਣੇ ਨਾਲ ਮਿਲਾ ਲਓ ਥੈਂਕਸ ਫਾਰ ਵਾਚਿੰਗ If you like my video, hit the like button and subscribe my channel.